हज़रत इमाम रब्बानी मुझे मुदल पसंद दोबारा का 412वां वफ़ मुबारक जरा है अपने 1-2-3 सितंबर तो जरा है मनाया जा रहा है। तो ये तकरीबन पूरे इंडिया तो हर साल की तरह जरा है इतने पूरे भारत तो और इस अलावा पाकिस्तान तो और बांग्लादेश तो कुछ मेहमान जो है इतने पहुँच रहे हैं तो सारा प्रबंध कर लिता गया। ਮਿਲਾਸ਼ੀ ਦਾ ਪ੍ਰੋਗਰਾਮ ਹੁੰਦਾ ਤੇ ਉਸ 2 ਤਰੀਕ ਨੂੰ ਜਿਹੜਾ ਹੈਗਾ ਸਲਾਮ ਪਾਕ ਦੀ ਤਿਲਾਵਤ ਹੋਏਗੀ ਤੇ ਦੁਆ ਹੋਏਗੀ ਤੇ 3 ਤਾਰੀਖ ਨੂੰ ਸਵੇਰੇ ਜਿਹੜਾ ਹੈਗਾ ਇਕਰਾਮੀਆ ਦੁਆ ਜਿਹੜੀ ਹੋ ਗਿਆ ਉਹ ਹੋਏਗਾ। ਪਾਕਿਸਤਾਨ ਤੋਂ ਕਿੰਨੇ ਕੁ ਜਿੱਥੇ ਆ ਰਹੇ ਨੇ ਇਸ ਵਕਤ? ਪਾਕਿਸਤਾਨ ਤੋਂ ਤਕਰੀਬਨ 80-85 ਬੰਦਿਆਂ ਦੇ ਇੱਥੇ ਪਹੁੰਚਣ ਦੀ ਉਮੀਦ ਹੈ। ਅਤੇ ਹੋਰ ਕਿਹੜੇ ਕਿਹੜੇ ਦੇਸ਼ਾਂ ਤੋਂ ਕਿੰਨੇ ਕਿੰਨੇ ਆ ਰਹੇ? ਕੁਛ ਲੋਕ ਬੰਗਲਾਦੇਸ਼ ਤੋਂ ਵੀ ਆ ਰਹੇ, ਘੱਟ ਬੰਦੇ ਹੀ ਆ, ਜ਼ਿਆਦਾ ਬੰਦੇ ਨਹੀਂ ਆ ਰਹੇ ਬੰਗਲਾਦੇਸ਼ ਤੋਂ ਸਾਹ ਅਤੇ ਕੁਛ ਬਾਕੀ ਆਪਣੇ ਤਕਰੀਬਨ ਇੰਡੀਆ ਤੋਂ। ਸਾਰੇ ਕਿਹੋ ਜਿਹੇ ਪ੍ਰਬੰਧ ਨੇ ਜੀ ਰਹਿਣ ਦੇ ਰਿਹਾਇਸ਼ ਦੇ? ਸਭ ਜਿਹੜਾ ਹੈਗਾ ਸੈਫਟੀ ਦੇ ਜਿਹੜੇ ਪ੍ਰਬੰਧ ਹੁੰਦੇ ਹਨ ਸਾਡੇ ਤਰ੍ਹਾਂ ਅਸੀਂ ਉਹ ਦੀ ਤਰ੍ਹਾਂ ਸਲਾਨਾ ਉਸ ਜੋ ਕਿ ਰੋਜ਼ਾ ਸ਼ਰੀਫ ਦੇ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ 1-3 ਤਰੀਕ ਨੂੰ ਸਰਹੰਦ ਫਤਿਹਗੜ੍ਹ ਸਾਹਿਬ ਰੋਜ਼ਾ ਸ਼ਰੀਫ ਦੇ ਵਿੱਚ ਮਨਾਇਆ ਜਾਏਗਾ। ਅੱਜ ਅਸੀਂ ਸਾਰੇ ਇੱਥੇ ਜਿਹੜੇ ਨੇ ਸਲਾਨਾ ਉਰਸ ਦੇ ਸੰਬੰਧ ਦੇ ਵਿੱਚ ਜਿਹੜੇ ਵੀ ਸਿਕਿਉਰਿਟੀ ਪ੍ਰਬੰਧ ਨੇ ਉਹਨੂੰ ਰਿਵਿਊ ਕਰਨ ਆਏ ਹਾਂ। ਅਤੇ ਇੱਥੇ ਹਰ ਸਾਲ ਪਾਕਿਸਤਾਨੀ ਸ਼ਰਧਾਲੂ ਨੇ ਜਿਹੜੇ ਅਤੇ ਹੋਰ ਦੇਸ਼ ਵਿਦੇਸ਼ ਤੋਂ ਪੂਰੇ ਆਪਣੇ ਦੇਸ਼ ਤੋਂ ਅਤੇ ਬਾਹਰੋਂ ਵੀ ਇੰਟਰਨੈਸ਼ਨਲੀ ਵੀ ਸ਼ਰਧਾਲੂ ਇੱਥੇ ਪਹੁੰਚਦੇ ਨੇ ਅਤੇ ਉਹਨਾਂ ਦੇ ਸੁਖਾਵੇਂ ਸਟੇ ਦੇ ਲਈ ਅਤੇ ਸਿਕਿਉਰਿਟੀ ਪ੍ਰਬੰਧ ਦੇ ਲਈ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਅਤੇ ਸਾਨੂੰ ਪੂਰੀ ਉਮੀਦ ਹੈ ਜਿਹੜਾ ਸਲਾਨਾ ਉਰਸ ਹੈਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਂਤਮਈ ਤਰੀਕੇ ਨਾਲ। ਕਿੰਨੀ ਕੋਰਸ ਲਗਾਈ ਗਈ ਇਹਨਾਂ? ਇੱਥੇ 200 ਤੋਂ ਵੱਧ ਜਿਹੜਾ ਪੁਲਿਸ ਮੁਲਾਜ਼ਮ ਤੈਨਾਤ ਹੈ। ਹਜ਼ਰਤ ਇਮਾਮ ਰੱਬਾਨੀ ਮੁਝੇ ਮੁਦਲ ਪਸੰਦ ਦੁਬਾਰਾ ਦਾ 412ਵਾਂ ਵਫ਼ ਮੁਬਾਰਕ ਜਿਹੜਾ ਹੈਗਾ ਆਪਣੇ 1-2-3 ਸਤੰਬਰ ਤੋਂ ਜਿਹੜਾ ਹੈਗਾ ਮਨਾਇਆ ਜਾ ਰਿਹਾ ਅਤੇ ਇਹਦੇ ਵਿੱਚ ਤਕਰੀਬਨ ਪੂਰੇ ਇੰਡੀਆ ਤੋਂ ਹਰ ਸਾਲ ਦੀ ਤਰ੍ਹਾਂ ਜਿਹੜਾ ਹੈਗਾ ਇੱਥੇ ਪੂਰੇ ਭਾਰਤ ਤੋਂ ਅਤੇ ਇਸ ਤੋਂ ਇਲਾਵਾ ਪਾਕਿਸਤਾਨ ਤੋਂ ਅਤੇ ਬੰਗਲਾਦੇਸ਼ ਤੋਂ ਕੁਛ ਮਹਿਮਾਨ ਜਿਹੜੇ ਕਿ ਇੱਥੇ ਪਹੁੰਚ ਰਹੇ ਨੇ ਅਤੇ ਉਹਦੇ ਲਈ ਸਾਰਾ ਪ੍ਰਬੰਧ ਕਰ ਲਿੱਤਾ ਗਿਆ। ਸਾਡਾ ਅਸੀਂ ਦੁਆ ਹੋ ਵੀ ਇਹ ਗੱਲ ਆ ਸਭ ਉਸਨੂੰ ਆਸਾਨੀ ਨਾਲ ਸਭ ਖੈਰ ਵਾਫੀਅਤ ਦੇ ਨਾਲ ਸਾਰਾ ਮਾਮਲਾ ਜਿਹੜਾ ਹੈ ਅੰਜਾਮ ਤਜ਼ੀਰ ਹੋਵੇ। ਗੱਲ ਕੀਤੀ ਜਾਵੇ 1 ਤਰੀਕ ਨੂੰ ਕੀ ਸਮਾਗਮ ਹੋਏਗਾ? 2-3 1 ਤਰੀਕ ਨੂੰ ਜਿਹੜਾ ਹੈਗਾ ਹਜ਼ਰਤ ਇਹਨਾਂ ਦਾ ਮਿਲਾਸ਼ੀ ਦਾ ਪ੍ਰੋਗਰਾਮ ਹੁੰਦਾ ਅਤੇ ਉਸ 2 ਤਰੀਕ ਨੂੰ ਜਿਹੜਾ ਹੈਗਾ ਉਹਨਾਂ ਦਾ ਖੁਸ਼ੀ ਹੋਣਗੇ ਸਲਾਮ ਪਾਕ ਦੀ ਤਿਲਾਵਤ ਹੋਏਗੀ ਅਤੇ ਦੁਆ ਹੋਏਗੀ ਅਤੇ 3 ਤਾਰੀਖ ਨੂੰ ਸਵੇਰੇ ਜਿਹੜਾ ਹੈਗਾ ਇਕਰਾਮੀਆ ਦੁਆ ਜਿਹੜੀ ਹੋ ਗਿਆ ਉਹ ਹੋਏਗਾ। ਪਾਕਿਸਤਾਨ ਤੋਂ ਕਿੰਨੇ ਕੁ ਜਿੱਥੇ ਆ ਰਹੇ ਨੇ ਇਸ ਵਕਤ? ਪਾਕਿਸਤਾਨ ਤੋਂ ਤਕਰੀਬਨ 80-85 ਬੰਦਿਆਂ ਦੇ ਇੱਥੇ ਪਹੁੰਚਣ ਦੀ ਉਮੀਦ ਹੈ। ਅਤੇ ਹੋਰ ਕਿਹੜੇ ਕਿਹੜੇ ਦੇਸ਼ਾਂ ਤੋਂ ਕਿੰਨੇ ਕਿੰਨੇ ਆ ਰਹੇ? ਕੁਛ ਲੋਕ ਬੰਗਲਾਦੇਸ਼ ਤੋਂ ਵੀ ਆ ਰਹੇ, ਘੱਟ ਬੰਦੇ ਹੀ ਆ, ਜ਼ਿਆਦਾ ਬੰਦੇ ਨਹੀਂ ਆ ਰਹੇ ਬੰਗਲਾਦੇਸ਼ ਤੋਂ ਸਾਹ ਅਤੇ ਕੁਛ ਬਾਕੀ ਆਪਣੇ ਤਕਰੀਬਨ ਇੰਡੀਆ ਤੋਂ। ਸਾਰੇ ਕਿਹੋ ਜਿਹੇ ਪ੍ਰਬੰਧ ਨੇ ਜੀ ਰਹਿਣ ਦੇ ਰਿਹਾਇਸ਼ ਦੇ? ਸਭ ਜਿਹੜਾ ਹੈਗਾ ਸੈਫਟੀ ਦੇ ਜਿਹੜੇ ਪ੍ਰਬੰਧ ਹੁੰਦੇ ਹਨ ਸਾਡੇ ਤਰ੍ਹਾਂ ਅਸੀਂ ਦੀ ਤਰ੍ਹਾਂ ਸਲਾਨਾ ਉਰਸ ਜੋ ਕਿ ਰੋਜ਼ਾ ਸ਼ਰੀਫ ਦੇ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ 1-3 ਤਰੀਕ ਨੂੰ ਸਰਹੰਦ ਫਤਿਹਗੜ੍ਹ ਸਾਹਿਬ ਰੋਜ਼ਾ ਸ਼ਰੀਫ ਦੇ ਵਿੱਚ ਮਨਾਇਆ ਜਾਏਗਾ। ਅੱਜ ਅਸੀਂ ਸਾਰੇ ਇੱਥੇ ਜਿਹੜੇ ਨੇ ਸਲਾਨਾ ਉਰਸ ਦੇ ਸੰਬੰਧ ਦੇ ਵਿੱਚ ਜਿਹੜੇ ਵੀ ਸਿਕਿਉਰਿਟੀ ਪ੍ਰਬੰਧ ਨੇ ਉਹਨੂੰ ਰਿਵਿਊ ਕਰਨ ਆਏ ਹਾਂ। ਅਤੇ ਇੱਥੇ ਹਰ ਸਾਲ ਪਾਕਿਸਤਾਨੀ ਸ਼ਰਧਾਲੂ ਨੇ ਜਿਹੜੇ ਅਤੇ ਹੋਰ ਦੇਸ਼ ਵਿਦੇਸ਼ ਤੋਂ ਪੂਰੇ ਆਪਣੇ ਦੇਸ਼ ਤੋਂ ਅਤੇ ਬਾਹਰੋਂ ਵੀ ਇੰਟਰਨੈਸ਼ਨਲੀ ਵੀ ਸ਼ਰਧਾਲੂ ਇੱਥੇ ਪਹੁੰਚਦੇ ਨੇ ਅਤੇ ਉਹਨਾਂ ਦੇ
ਸੁਖਾਵੇਂ ਸਟੇਅ ਦੇ ਲਈ ਅਤੇ ਸਿਕਿਉਰਿਟੀ ਪ੍ਰਬੰਧ ਦੇ ਲਈ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਅਤੇ ਸਾਨੂੰ ਪੂਰੀ ਉਮੀਦ ਹੈ ਜਿਹੜਾ ਸਲਾਨਾ ਉਰਸ ਹੈਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਂਤਮਈ ਤਰੀਕੇ ਨਾਲ। ਕਿੰਨੇ ਕੋਰਸ ਲਗਾਏ ਗਏ ਨੇ ਇੱਥੇ? 200 ਤੋਂ ਵੱਧ ਜਿਹੜਾ ਪੁਲਿਸ ਮੁਲਾਜ਼ਮ ਤਾਇਨਾਤ ਹੈ।